ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਯੂਟਿਊਬ ਵਾਲੇ ਵੀਰਾਂ ਭੈਣਾਂ ਨੂੰ, ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ। ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ, ਅਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ। ਤੁਹਾਨੂੰ ਥੰਬਨੇਲ ਤੋਂ ਵੀ ਪਤਾ ਲੱਗ ਹੀ ਗਿਆ ਹੋਊਗਾ, ਫਿਰ ਤਾਂ ਮੈਂ ਦੱਸ ਦੇਣਾ ਚਾਹੁੰਦਾ ਇੱਕ ਵਾਰ ਕਿ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਇਟਲੀ ਦੇ ਪੇਪਰ ਨਿਕਲ ਜਾਂਦੇ, ਮਤਲਬ ਕਿ ਨੁੱਲਾ ਉਸਤਾ ਜਿਨ੍ਹਾਂ ਨੂੰ ਮਿਲ ਜਾਂਦਾ, ਜਾਂ ਜਿਨ੍ਹਾਂ ਨੇ 9 ਮੰਥ ਵਾਲੇ ਅਤੇ ਭਾਵੇਂ ਸਾਲ ਵਾਲੇ ਭਰੇ ਆ ਪੇਪਰ, ਠੀਕ ਆ। ਅਤੇ ਪੇਪਰ ਨਿਕਲਣ ਤੋਂ ਬਾਅਦ ਦਾ ਕੀ ਪ੍ਰੋਸੈਸ ਹੁੰਦਾ ਵਾ, ਕਿ ਅੰਬੈਸੀ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਖੜ੍ਹਨੇ ਹੁੰਦੇ ਆ, ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀ ਅਤੇ ਮੈਂ ਸੋਚਿਆ ਵੀ ਚਲੋ ਹੁਣ ਵੀਰ ਭਰਾ ਆਪਣੇ ਨਾਲ ਬਹੁਤ ਨਵੇਂ ਜੁੜੇ ਆ, ਤਾਂ ਵੀਡੀਓ ਬਣਾ ਕੇ ਆਪਾਂ ਜ਼ਰੂਰ ਦੱਸਿਆ ਜਾਵੇ, ਮੇਨ ਮੇਨ ਜਿਹੜੀਆਂ ਚੀਜ਼ਾਂ ਵਾ ਉਹ ਵੀਰਾਂ ਭਰਾਵਾਂ ਨੂੰ ਦੱਸੀਆਂ ਜਾਣ, ਵੀ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਹੁੰਦੀ ਆ ਇਹ ਆਪਾਂ ਨਾਲ ਖੜ੍ਹਨੇ ਹੁੰਦੇ ਆ, ਠੀਕ ਆ। ਜ਼ਿਆਦਾ ਚਿਰ ਨਾਲ ਲੈਂਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ, ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਬੈੱਲ ਆਈਕੋਨ ਨੂੰ ਵੀ ਆਲ 'ਤੇ ਸੈੱਟ ਕਰ ਲਵੋ, ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਅਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ, ਅਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਅਤੇ ਕੁਝ ਸਿਖਾ ਸਕੋ, ਠੀਕ ਆ। ਅਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ, ਹਮ ਜਾ ਕੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਵੋ, ਇੰਸਟਾਗ੍ਰਾਮ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ। ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੇ, ਠੀਕ ਆ। ਲਓ ਵੀ ਫਿਰ ਕਰਦੇ ਹਾਂ ਵੀਡੀਓ ਸਟਾਰਟ। ਸਭ ਤੋਂ ਪਹਿਲੇ ਨੰਬਰ 'ਤੇ ਤਾਂ ਆਪਣਾ ਹੁੰਦਾ ਵਾ ਪਾਸਪੋਰਟ ਦਾ, ਕਿ ਜਿਹੜਾ ਪਾਸਪੋਰਟ ਵਾ ਉਹ ਆਪਣਾ 10 ਸਾਲ ਵਾਲਾ ਹੋਣਾ ਚਾਹੀਦਾ ਵਾ, ਕਿਉਂਕਿ ਜਿਨ੍ਹਾਂ ਦੀ ਉਮਰ 18 ਸਾਲ ਤੋਂ ਪਲੱਸ ਹੁੰਦੀ ਉਹਨਾਂ ਦਾ ਆਟੋਮੈਟਿਕ ਹੀ ਜਿਹੜਾ ਪਾਸਪੋਰਟ ਵਾ ਉਹ 10 ਸਾਲ ਵਾਲੇ ਬਣਦਾ, ਜੋ ਸਾਰਿਆਂ ਨੂੰ ਪਤਾ ਹੀ ਹੁੰਦਾ ਵਾ ਇਹ ਗੱਲ ਦਾ, ਠੀਕ ਆ। ਪਰ ਤੁਹਾਡਾ ਜਿਹੜਾ ਪਾਸਪੋਰਟ ਵਾ ਉਹ ਘੱਟੋ ਘੱਟ 3 ਮਹੀਨੇ ਵੈਲਿਡ ਹੋਣਾ ਚਾਹੀਦਾ ਵਾ ਪਾਸਪੋਰਟ, ਇਸ ਤੋਂ ਵੱਧ ਹੋਵੇ ਉਹ ਵਧੀਆ ਵਾ, ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ, ਠੀਕ ਆ। ਪਹਿਲੀ ਗੱਲ ਤਾਂ ਇਹ ਵਾ, ਠੀਕ ਆ। ਦੂਜੀ ਗੱਲ, ਤੁਹਾਡਾ ਜਿਹੜਾ ਪਾਸਪੋਰਟ ਵਾ ਨਾ, ਪਾਸਪੋਰਟ ਦੇ ਉੱਤੇ 2-3 ਪੇਜ ਤੁਹਾਡੇ ਖਾਲੀ ਹੋਣੇ ਚਾਹੀਦੇ ਆ, ਜਿੱਥੇ ਮਤਲਬ ਕਿ ਬਸ ਸਟੈਂਪਾਂ ਲੱਗਦੀਆਂ ਹੁੰਦੀਆਂ, ਮੋਹਰਾਂ ਲੱਗਦੀਆਂ ਹੁੰਦੀਆਂ ਵਾ ਜਦੋਂ ਆਪਾਂ ਫਲਾਈਟ ਫੜਦੇ ਹਾਂ, ਜਦੋਂ ਆਪਾਂ ਉਤਰਦੇ ਫਲਾਈਟ, ਠੀਕ ਆ। ਇਹ ਮੇਨ ਚੀਜ਼ਾਂ ਆਪਾਂ ਜਿਹੜੀਆਂ ਜਿਹੜੇ ਆਪਣੇ ਪਾਸਪੋਰਟ ਦੇ ਕਰਕੇ ਹੁੰਦੀਆਂ ਵਾ, ਠੀਕ ਆ। ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਹੋਰ ਡਾਕੂਮੈਂਟ ਕਿਹੜੇ ਨਾਲ ਲੱਗਦੇ ਆ, ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਤੁਹਾਡਾ ਜਨਮ ਸਰਟੀਫਿਕੇਟ, ਇਹ ਲੱਗਣਾ ਵਾ ਨਾਲ, ਤੁਹਾਡਾ ਆਧਾਰ ਕਾਰਡ ਇਹ ਲੱਗਣਾ ਵਾ ਨਾਲ, ਇਹ ਤਾਂ ਦੋ ਨੋਰਮਲ ਚੀਜ਼ਾਂ, ਕਿਉਂਕਿ ਤੁਹਾਡਾ ਇਹ ਤਾਂ ਤੁਹਾਡੇ ਡਾਕੂਮੈਂਟ, ਤੁਹਾਡੀ ਆਈਡੈਂਟੀ ਵਾ ਇੱਕ ਹਿਸਾਬ ਦੀ, ਇਹ ਤਾਂ ਲੱਗਣੇ ਹੀ ਲੱਗਣੇ ਆ, ਠੀਕ ਆ। ਇਹਨਾਂ ਸਾਰੀਆਂ ਚੀਜ਼ਾਂ ਦੀਆਂ ਫੋਟੋ ਕਾਪੀਆਂ ਬਣਾ, ਮਤਲਬ ਕਿ ਘਰੋਂ ਹੀ ਕਰਾ ਕੇ, ਆਪਣੇ ਜਿੱਥੋਂ ਜਿੱਥੇ ਤੁਸੀਂ ਹੈਗੇ ਜੀ ਉੱਥੋਂ ਕਰਾ ਕੇ ਫੋਟੋ ਕਾਪੀਆਂ, ਅਤੇ ਫੋਟੋ ਕਾਪੀਆਂ ਜ਼ਰੂਰ ਨਾਲ ਖੜਿਓ। ਮਤਲਬ ਕਿ ਕੋਈ ਵੀ ਡਾਕੂਮੈਂਟ ਵਾ, ਜੇਕਰ ਤੁਹਾਡਾ ਬਰਥ ਸਰਟੀਫਿਕੇਟ ਉਹਦੀਆਂ 2 ਫੋਟੋ ਕਾਪੀਆਂ, ਤੁਹਾਡਾ ਆਧਾਰ ਕਾਰਡ ਉਹਦੀਆਂ 2 ਫੋਟੋ ਕਾਪੀਆਂ, ਠੀਕ ਹੈ। ਜਿੰਨੇ ਵੀ ਡਾਕੂਮੈਂਟ ਤੁਸੀਂ ਨਾਲ ਖੜਨੇ ਆ ਫੋਟੋ ਕਾਪੀਆਂ ਜ਼ਰੂਰ ਕਰਾ ਕੇ ਖੜਿਓ, ਬਾਅਦ ਵਿੱਚ ਤੁਹਾਨੂੰ ਉੱਥੇ ਆਣ ਕੇ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਜੇਕਰ ਤੁਹਾਨੂੰ ਉੱਥੇ ਕੇ ਫੋਟੋ ਕਾਪੀ ਦੀ ਲੋੜ ਪੈਂਦੀ ਆ, ਫਿਰ ਤੁਹਾਨੂੰ ਥੋੜ੍ਹਾ ਜਿਹਾ ਦੂਰ ਜਾਣਾ ਪੈਂਦਾ, ਉੱਥੋਂ ਅੰਬੈਸੀ 'ਚੋਂ ਬਾਹਰ ਨਿਕਲ ਕੇ ਤੁਹਾਨੂੰ ਫੋਟੋ ਕਾਪੀ ਕਰਵਾਉਣ ਜਾਣਾ ਪੈਂਦਾ, ਠੀਕ ਆ। ਇਸ ਕਰਕੇ ਫੋਟੋ ਕਾਪੀਆਂ ਜ਼ਰੂਰ ਕਰਾ ਕੇ ਖੜਿਓ। ਅਤੇ ਦੂਜੀ ਗੱਲ, ਇੱਕ ਹੋਰ ਮੇਨ ਚੀਜ਼ ਵਾ, ਜਦੋਂ ਤੁਹਾਨੂੰ ਨੁੱਲਾ ਔਸਤਾ ਆਉਂਦਾ ਵਾ, ਤੁਹਾਡੇ ਮਾਲਕ ਕੋਲੋਂ ਤੁਹਾਨੂੰ ਨੁੱਲਾ ਔਸਤਾ ਭੇਜਿਆ ਜਾਂਦਾ ਵਾ, ਉਹ ਨੂਲੇ ਔਸਤੇ ਦੀ ਫੋਟੋ ਕਾਪੀ ਕਰਾ ਕੇ ਇੱਕ ਆਪਣੇ ਕੋਲ ਪਰਸਨਲੀ ਜ਼ਰੂਰ ਰੱਖਿਓ। ਇਹ ਤੁਹਾਨੂੰ ਦੱਸਦਾ ਕਿਉਂ ਰੱਖਣੀ ਵਾ, ਇਹਦਾ ਕਾਰਨ ਕੀ ਆ, ਕਿਉਂਕਿ ਜੇਕਰ ਤੁਸੀਂ ਰੱਖ ਦਿਓਗੇ ਫੋਟੋ ਆਪਣੇ ਨੂਲਾ ਔਸਤਾ ਵਾ ਰੱਖਿਆ ਹੋਊਗਾ ਆਪਣੇ ਕੋਲੋਂ, ਇਹਦਾ ਫਾਇਦਾ ਤੁਹਾਨੂੰ ਇਹ ਹੋਊਗਾ ਕਿ ਜਦੋਂ ਤੁਸੀਂ ਆਪਣਾ ਤੁਹਾਡਾ ਵੀਜ਼ਾ ਲੱਗ ਜਾਂਦਾ ਵਾ, ਬਾਅਦ ਤੁਸੀਂ ਜਾਣਾ ਵਾ ਇਟਲੀ, ਜਦੋਂ ਇੱਥੇ ਇਟਲੀ ਆਉਣਾ ਵਾ, ਠੀਕ ਆ, ਉਦੋਂ ਕਈ ਵਾਰ ਏਅਰਪੋਰਟ 'ਤੇ ਨੂਲਾ ਔਸਤਾ ਮੰਗ ਲੈਂਦੇ ਆ, ਜੇਕਰ ਤੁਸੀਂ ਫੋਟੋ ਕਾਪੀ ਕਰਾ ਕੇ ਰੱਖੀ ਹੋਊਗੀ ਤਾਂ ਫੋਟੋ ਕਾਪੀ ਨਾਲ ਲੈ ਜਾਓਗੇ, ਅਤੇ ਜੇਕਰ ਤੁਸੀਂ ਰੱਖੀ ਨਾ ਹੋਊਗੀ ਫਿਰ ਤੁਹਾਨੂੰ ਉੱਥੇ ਪ੍ਰੋਬਲਮ ਪਾਉਂਦੇ ਆ, ਠੀਕ ਆ, ਏਅਰਪੋਰਟ ਦੇ ਉੱਤੇ। ਇਸ ਕਰਕੇ ਫੋਟੋ ਕਾਪੀ ਕਰਾ ਕੇ ਇੱਕ ਆਪਣੇ ਕੋਲ ਜ਼ਰੂਰ ਰੱਖਿਓ, ਅਤੇ 1-2 ਫੋਟੋ ਕਾਪੀ ਨੂਲੇ ਔਸਤੇ ਦੀਆਂ ਨਾਲ ਤੁਸੀਂ ਕਰਿਓ, ਠੀਕ ਆ। ਇਹ 2 ਚੀਜ਼ਾਂ ਮੇਰੇ ਵੀਰ ਭਰਾ ਜ਼ਰੂਰ ਕਰਿਓ, ਜਿੰਨੇ ਵੀ ਡਾਕੂਮੈਂਟ ਤੁਹਾਨੂੰ ਬਾਹਰੋਂ ਆਉਣੇ ਆ ਨਾ,
ਉਹਦੇ 'ਚ ਤੁਹਾਨੂੰ ਆਉਣਾ ਵਾ ਇੱਕ ਤੁਹਾਡੇ ਮਾਲਕ ਜਾਂ ਤੁਹਾਡਾ ਮਾਲਕ ਹੁੰਦਾ ਉਹਦੀ ਆਈਡੈਂਟੀ ਆਉਣੀ ਵਾ, ਠੀਕ ਆ, ਅਤੇ ਇੱਕ ਤੁਹਾਨੂੰ ਨੂਲਾ ਉਸਤਾ ਆਉਣਾ ਵਾ, ਜੋ ਵੀ ਆਉਣਾ ਵਾ ਇਹ ਤੁਸੀਂ ਉਹਦੀ ਫੋਟੋਕਾਪੀ ਕਰਾ ਕੇ ਆਪਣੇ ਕੋਲ ਜ਼ਰੂਰ ਰੱਖਣੀ ਵਾ, ਤਾਂ ਤੁਹਾਡੀ ਸੇਫਟੀ ਹੋਵੇ, ਤਾਂ ਤੁਹਾਨੂੰ ਏਅਰਪੋਰਟ 'ਤੇ ਕੋਈ ਪ੍ਰੋਬਲਮ ਨਾ ਆਵੇ ਬਾਅਦ ਵਿੱਚ, ਠੀਕ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫੋਟੋਆਂ ਬਾਰੇ। ਫੋਟੋਆਂ ਜੇਕਰ ਤੁਸੀਂ ਇੱਥੋਂ ਨਹੀਂ ਕਿਰਾਏ ਖੜ੍ਹਦੇ ਪੰਜਾਬ ਤੋਂ, ਆਪਾਂ ਜਿੱਥੋਂ ਜਿੱਥੋਂ ਤੁਸੀਂ ਹੈਗੇ, ਜਦੋਂ ਦਿੱਲੀ ਜਾਣਾ ਵਾ ਉੱਥੇ ਅੰਬੈਸੀ ਦੇ ਬਾਹਰ ਵੀ ਹੈਗੇ ਵਾ ਔਫਿਸ ਫੋਟੋਆਂ ਖਿੱਚਣ ਵਾਲੇ, ਉਹਨਾਂ ਨੂੰ ਤੁਸੀਂ ਕਹਿ ਦੇਣਾ ਵਾ ਕਿ ਅਸੀਂ ਫੋਟੋ ਕਰਵਾਉਣੀ ਆ, ਇਟਲੀ ਦਾ ਵੀਜ਼ਾ ਲਵਾਉਣਾ ਵਾ ਉਹਦੇ ਵਾਸਤੇ ਫੋਟੋ ਕਰਵਾਉਣੀ, ਤੁਹਾਨੂੰ ਉਹਨਾਂ ਨੇ ਆਪੇ ਫੋਟੋ ਕੱਢ ਕੇ ਦੇ ਦੇਣੀ ਆ, ਤਾਂ ਤੁਹਾਨੂੰ ਇਹ ਵੀ ਕੋਈ ਪ੍ਰੋਬਲਮ ਨਾ ਆਵੇ। ਅਤੇ ਮੈਂ ਤੁਹਾਨੂੰ ਇਹੋ ਸਲਾਹ ਦਊਂਗਾ, ਥੋੜ੍ਹਾ ਚਿਰ ਪਹਿਲਾਂ ਚੱਲ ਜਾਓ ਅਤੇ ਜਿਹੜੀ ਫੋਟੋ ਵਾ ਉਹ ਵੀ ਤੁਸੀਂ ਉੱਥੋਂ ਹੀ ਕਰਾਇਓ ਅੰਬੈਸੀ ਦੇ ਬਾਹਰੋਂ ਹੀ, ਠੀਕ ਆ। ਅੰਬੈਸੀ ਦੇ ਬਾਹਰ ਵਾਲੀਆਂ ਫੋਟੋਆਂ ਜਿਹੜੀਆਂ ਜ਼ਿਆਦਾ ਐਕਸੈਪਟ ਕਰਦੇ ਆ, ਠੀਕ ਆ। ਅਤੇ ਬਾਕੀ ਹੋਰ ਡਾਕੂਮੈਂਟ ਜਿਹੜੇ ਵਾ ਉਹ ਆਪਣਾ ਜਨਮ ਸਰਟੀਫਿਕੇਟ ਹੋ ਗਿਆ, ਇਹ ਤਾਂ ਲੱਗਣੇ ਹੀ ਲੱਗਣੇ ਵਾ ਨੋਰਮਲੀ ਨਾਲ, ਠੀਕ ਆ। ਫੋਟੋ ਕਾਪੀਆਂ ਤੁਹਾਡੀਆਂ ਨਾਲ ਲੱਗਣੀਆਂ ਹੁੰਦੀਆਂ ਵਾ, ਠੀਕ ਆ। ਇਹ ਸਾਰੇ ਡਾਕੂਮੈਂਟ ਤੁਸੀਂ ਆਪਣੇ ਜਿਹੜੇ ਆ ਨਾਲ ਖੜ੍ਹਨੇ ਹੁੰਦੇ ਆ, ਇੱਕ ਸਰਪੰਚ ਵੱਲੋਂ ਐਫੀਡੇਟ ਬਣਦਾ ਉਹ ਵੀ ਤੁਸੀਂ ਜ਼ਰੂਰ ਨਾਲ ਖੜ੍ਹਨਾ ਹੁੰਦਾ, ਉਹ ਵੀ ਜ਼ਰੂਰੀ ਹੁੰਦਾ ਵਾ, ਠੀਕ ਆ। ਅਤੇ ਮੇਨ ਚੀਜ਼ ਤੁਹਾਨੂੰ ਮੈਂ ਦੱਸ ਦੇਵਾਂ ਇੱਕ, ਕਿਉਂਕਿ ਕਈ ਵੀਰ ਭਰਾ ਨਾਲ ਧੋਖਾ ਹੁੰਦਾ ਵਾ, ਉਹਦੇ ਬਾਰੇ ਤਾਂ ਮੈਂ ਦੱਸ ਦਿੰਦਾ ਵਾ। ਕਈ ਏਜੰਟ ਕੀ ਕਰਦੇ ਆ ਕਿ ਪੇਪਰ ਨਿਕਲੇ ਨਹੀਂ ਹੁੰਦੇ ਜਾਂ ਪੇਪਰ ਭਰੇ ਨਹੀਂ ਹੁੰਦੇ ਉਹਨਾਂ ਨੇ, ਠੀਕ ਆ, ਤੁਹਾਨੂੰ ਉਂਝ ਫੇਕ ਨੂਲਾ ਉਸਤਾ ਬਣਾ ਕੇ ਤੁਹਾਨੂੰ ਭੇਜ ਦਿੰਦੇ ਆ, ਤੁਹਾਨੂੰ ਕਹਿਣ ਦਿੰਦੇ ਕਿ ਤੁਹਾਡਾ ਜਿਹੜਾ ਪੇਪਰ ਵਾ ਉਹ ਨਿਕਲੇ ਵਾ, ਤੁਸੀਂ ਨੂਲਾ ਉਸਤਾ ਲੈ ਕੇ ਅੰਬੈਸੀ ਚਲ ਜਾਂਦੇ। ਜੇ ਅੰਬੈਸੀ ਵਾਲੇ ਤੁਹਾਡਾ ਨੂਲਾ ਉਸਤਾ ਐਕਸੈਪਟ ਨਹੀਂ ਕਰਦੇ, ਕਿਉਂਕਿ ਜਦੋਂ ਪੇਪਰ ਨਿਕਲਦੇ ਆ ਇੱਥੇ ਇਟਲੀ ਵਿੱਚੋਂ, ਇਟਲੀ ਜਿਹੜੀ ਇਟਲੀ ਦਾ ਆਫਿਸ ਵਾ, ਠੀਕ ਆ, ਪਰਫਤੂਰਾ, ਜਿੱਥੇ ਪੇਪਰ ਨਿਕਲਦੇ ਆ ਉਹ ਪੇਪਰ ਦੋ ਨੂਲੇ ਉਸਤੇ ਹੁੰਦੇ ਵਾ, ਉਹ ਇੱਕ ਨੂਲਾ ਉਸਤਾ ਜਿਹੜਾ ਮਾਲਕ ਨੂੰ ਦੇ ਦਿੰਦੇ, ਜਿਹੜਾ ਮਾਲਕ ਤੁਹਾਨੂੰ ਭੇਜ ਦਿੰਦਾ ਵਾ, ਅਤੇ ਇੱਕ ਨੂਲਾ ਉਸਤਾ ਸਿੱਧਾ ਅੰਬੈਸੀ ਦੇ ਵਿੱਚ ਭੇਜ ਦਿੰਦੇ ਆ ਕਿ ਜਦੋਂ ਉੱਥੇ ਬੰਦਾ ਆਵੇ ਅਤੇ ਪਤਾ ਲੱਗ ਸਕੇ ਉਹਨੂੰ ਸ਼ੋਅ ਹੋਵੇ ਕਿ ਨੂਲਾ ਉਸਤਾ ਸਹੀ ਵਾ ਕਿ ਗਲਤ ਵਾ। ਇਸ ਕਰਕੇ ਤੁਹਾਨੂੰ ਮੈਂ ਇਹ ਸਲਾਹ ਦਊਂਗਾ, ਜਦੋਂ ਤੁਹਾਡੇ ਕੋਲ ਤੁਹਾਡਾ ਨੂਲਾ ਉਸਤਾ ਆ ਜਾਂਦਾ ਵਾ, ਉਹਨੂੰ ਕਨਫਰਮ ਕਰਨ ਲਈ ਕਿ ਇਹ ਫੇਕ ਵਾ ਜਾਂ ਓਰਿਜਿਨਲ ਵਾ, ਠੀਕ ਹੈ, ਇਹ ਕਰਨ ਵਾਸਤੇ ਤੁਸੀਂ ਉੱਥੇ VFS ਦੇ ਵਿੱਚ ਆਪਣਾ ਜਿਹੜਾ ਦੂਜਾ ਕਰਕੇ ਨਾ ਕਾਲ ਕਰਕੇ, ਠੀਕ ਹੈ, ਔਨਲਾਈਨ ਤੁਹਾਨੂੰ ਨੰਬਰ ਮਿਲ ਜੂਗਾ ਉਹਦਾ, ਕਾਲ ਕਰਕੇ ਆਪਣੇ ਨੂਲੇ ਉਸਦਾ ਨੰਬਰ ਦੱਸ ਕੇ ਉਹਨਾਂ ਨੂੰ ਕਹਿ ਦਿਓ ਕਿ ਸਾਡੀ ਕੋਈ ਅਪਡੇਟ ਹੈਗੀ ਆ, ਕਿੱਦਾਂ ਮਤਲਬ ਕਿ ਨੂਲਾ ਉਸਦਾ ਸ਼ੋਅ ਹੁੰਦਾ ਤੁਹਾਨੂੰ। ਇਹ ਗੱਲ ਕਰਨ ਤੋਂ ਬਾਅਦ ਹੀ ਆਪਣੀ ਜਿਹੜੀ ਅਪੁਆਇੰਟਮੈਂਟ ਲੈ ਕੇ ਅਤੇ ਫਿਰ ਉੱਥੇ ਜਾਇਓ ਆਪਣੇ ਜਿਹੜੇ ਵਾ ਪੇਪਰ ਲਾਉਣ ਵਾਸਤੇ, ਠੀਕ ਆ। ਬਾਕੀ ਜੇਕਰ ਤੁਹਾਡੇ ਸਾਰੇ ਪੇਪਰ ਸਹੀ ਹੋਣ, ਠੀਕ ਹੈ, ਡਾਕੂਮੈਂਟ ਸਾਰੇ ਸਹੀ ਹੋਣ, ਤੁਹਾਡਾ ਨੂਲੇ ਉਸਤੇ ਤੁਹਾਡੇ ਪਾਸਪੋਰਟ 'ਤੇ ਸਰਨੇਮ ਨੇਮ ਇੱਕੋ ਜਿੱਕਾ, ਸਾਰਾ ਕੁਛ ਇੱਕੋ ਜਿੱਕਾ ਹੋਵੇ, ਫਿਰ ਤੁਹਾਨੂੰ ਜਿਹੜਾ ਤੁਹਾਡਾ ਵੀਜ਼ਾ ਵਾ ਉਹ 1.5 ਤੋਂ 2 ਮਹੀਨੇ ਦਾ ਤੁਹਾਡਾ ਜਿਹੜਾ ਵਾ ਵੀਜ਼ਾ ਉਹ ਆ ਹੀ ਜਾਂਦਾ ਵਾ, ਠੀਕ ਆ। ਅਤੇ ਬਾਕੀ ਜੇਕਰ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ, ਮੇਨ ਡਾਕੂਮੈਂਟ ਤਾਂ ਉਹ ਹੀ ਹੁੰਦੇ ਵਾ, ਠੀਕ ਆ, ਪਾਸਪੋਰਟ ਵਾਲਾ ਜਿਹੜਾ ਜਨਮ ਸਰਟੀਫਿਕੇਟ, ਨੂਲਾ ਉਸਤਾ, ਠੀਕ ਆ, ਜਾਂ ਇੱਕ ਜਿਹੜਾ ਆਪਣਾ ਐਫੀਡੇਟ ਲੱਗਦਾ ਵਾ ਆਪਣੇ ਜਿਹੜਾ ਸਰਪੰਚ ਵੱਲੋਂ ਲੱਗਦਾ ਐਫੀਡੇਟ ਉਹ ਨਾਲ ਹੁੰਦਾ ਵਾ, ਠੀਕ ਹੈ। ਇਸ ਤੋਂ ਬਗੈਰ ਕੋਈ ਹੋਰ ਡਾਕੂਮੈਂਟ ਨਹੀਂ ਹੁੰਦੇ, ਮੇਨ ਜਿਹੜੇ ਡਾਕੂਮੈਂਟ ਇਹੋ ਹੀ ਹੁੰਦੇ ਵਾ। ਬਾਕੀ ਤੁਸੀਂ ਜਦੋਂ ਅਪੁਆਇੰਟਮੈਂਟ ਲੈਂਦੇ ਜੇ ਨਾ, ਉਦੋਂ ਆਪਣੇ ਜ਼ਰੂਰ ਉੱਥੇ ਆਪਣੇ ਜਿਹੜਾ ਵਾ ਵਕੀਲ ਵਾ ਜਾਂ ਜਿੱਥੋਂ ਤੁਸੀਂ ਅਪੁਆਇੰਟਮੈਂਟ ਲਈ ਆ ਉੱਥੋਂ ਤੁਸੀਂ ਜ਼ਰੂਰ ਇਹ ਗੱਲ ਦਾ ਪਤਾ ਕਰ ਲੈਣਾ, ਕੋਈ ਹੋਰ ਡਾਕੂਮੈਂਟ ਤਾਂ ਨਹੀਂ ਲੱਗਣਾ ਕਿ ਹੁਣ ਕੋਈ ਨਵਾਂ ਰੂਲ ਬਣਾਇਆ ਹੋਵੇ ਸਰਕਾਰ ਨੇ, ਠੀਕ ਹੈ। ਜੇਕਰ ਕੋਈ ਹੋਰ ਡਾਕੂਮੈਂਟ ਲੱਗਣਾ ਤਾਂ ਉਹ ਡਾਕੂਮੈਂਟ ਵੀ ਤੁਸੀਂ ਆਪਣਾ ਜ਼ਰੂਰ ਨਾਲ ਖੜਿਓ ਬਣਾ ਕੇ। ਮੈਂ ਤੁਹਾਨੂੰ ਸਲਾਹ ਇਹੋ ਦਊਂਗਾ ਕਿ ਮੇਨ ਫੋਟੋਕਾਪੀਆਂ ਕਰਾ ਕੇ ਸਾਰੀਆਂ ਚੀਜ਼ਾਂ ਨੇ ਜ਼ਰੂਰ ਖੜੇ, ਆਧਾਰ ਕਾਰਡ ਤੋਂ ਲੈ ਕੇ ਪਾਸਪੋਰਟ ਤੱਕ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਤੁਸੀਂ ਖੜਨੇ ਨਾ ਫੋਟੋਕਾਪੀਆਂ ਕਰਾ ਕੇ ਜ਼ਰੂਰ ਨਾਲ ਮੇਰੇ ਵੀਰ ਭਰਾ ਖੜਿਓ, ਠੀਕ ਆ। ਬਾਕੀ ਟੈਨਸ਼ਨ ਲੈਣ ਦੀ ਲੈਣ ਦੀ ਲੋੜ, ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਤਾਂ ਵੀਜ਼ਾ ਜਿਹੜਾ ਤੁਹਾਡਾ ਵਾ ਉਹ 1.5 ਤੋਂ 2 ਮਹੀਨਿਆਂ ਦੇ ਅੰਦਰ ਵੀਜ਼ਾ ਤੁਹਾਡਾ ਆ ਹੀ ਜਾਣਾ ਵਾ, ਠੀਕ ਆ। ਲਓ ਜੀ ਮਿੱਤਰੋ, ਇਸ ਵੀਡੀਓ ਵਿੱਚ ਸਿਰਫ ਇੰਨਾ ਹੀ, ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ, ਠੀਕ ਆ। ਅਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਜੇ, ਅਤੇ ਜਾਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਜੇ। ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ, ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਅਤੇ ਟੇਕ ਕੇਅਰ ਜੀ।